ਦਿੱਤਾ ਜਾਂਦਾ। ਇੱਕ ਘਟਨਾ ਜਿਹੜੀ ਮੈਂ ਹੁਣ ਥੋੜ੍ਹਾ ਸਮਾਂ ਪਹਿਲਾਂ ਪਿੱਛੇ ਬੋਲ ਕੇ ਹਟਿਆ ਵੀ ਸ਼ਹੀਦ ਜਿਹੜੇ ਨੇ ਨਾ ਉਹ ਖਤਮ ਨਹੀਂ ਹੁੰਦੇ, ਉਹ ਸਾਡੇ ਅੰਦਰ ਬੋਲਦੇ ਪਏ ਹੁੰਦੇ ਨੇ, ਅੰਦਰ ਜਾਗਦੇ ਪਏ ਹੁੰਦੇ ਨੇ। ਗੁਰੂ ਕੀਆਂ ਸਾਖੀਆਂ ਦਾ ਇੱਕ ਹਵਾਲਾ ਹੈ ਅਤੇ ਡਾਕਟਰ ਬਲਵੀਰ ਸਿੰਘ ਨੇ ਇਹਨੂੰ ਕਲੀਅਰ ਕੀਤਾ ਹੈ ਬਾਅਦ ਦੇ ਵਿੱਚ। ਉਹ ਕਹਿੰਦੇ ਕਿਸੇ ਵੇਲੇ ਗੁਰੂ ਸਾਹਿਬ ਦੇ ਵੇਲੇ ਜਿਹੜੀ ਘਟਨਾ ਹੋਈ ਨਾ ਉਹ ਲਿਖੀ ਨਹੀਂ ਗਈ, ਉੱਦਾਂ ਉਹ ਹੋਰ ਰੂਪ ਦੇ ਵਿੱਚ ਪ੍ਰਚਲਿਤ ਹੋ ਗਈ, ਜਿਹਨੂੰ ਕਮਿਊਨੀਕੇਸ਼ਨ ਗੈਪ ਕਹਿੰਦੇ ਨੇ, ਵੀ 100 ਸਾਲ ਬਾਅਦ ਘਟਨਾ ਨੂੰ ਹੋਰ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਉਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਸ਼ਹੀਦ ਕੀਤਾ ਜਾਣਾ ਸੀ ਨਾ ਅਤੇ ਮਹਾਰਾਜ ਜੀ ਦੇ ਕੋਲ ਨਾ ਇੱਕ ਇੱਦਾਂ ਕਹਿ ਲਓ ਵੀ ਸੰਗਤ ਦੇ ਵਿੱਚੋਂ ਜਾਂ ਉਸ ਭੀੜ ਦੇ ਵਿੱਚੋਂ ਇੱਕ ਬੰਦਾ ਪੇਸ਼ ਹੋਇਆ, ਕਹਿੰਦੇ ਵੀ ਮਹਾਰਾਜ ਠੀਕ ਹੈ, ਤੁਸੀਂ ਆਪਣੀ ਜਾਨ ਨੂੰ ਬਚਾਉਣ ਦੀ ਖਾਤਰ ਕਰਾਮਾਤ ਨਹੀਂ ਵਿਖਾਈ, ਪਰ ਸੱਚੇ ਪਾਤਸ਼ਾਹ ਕਿਤੇ ਇੱਦਾਂ ਨਾ ਹੋਵੇ ਵੀ ਲੋਕ ਤੁਹਾਡੇ 'ਤੇ ਯਕੀਨ ਹੀ ਨਾ ਕਰਨ ਵੀ ਸ਼ਾਇਦ ਕਿਤੇ ਫਕੀਰ ਕਰਾਮਾਤ ਤੋਂ ਖਾਲੀ ਸੀ ਅਤੇ ਤੁਸੀਂ ਕੋਈ ਕਰਾਮਾਤ ਵਿਖਾ ਦਿਓ। ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਬੋਲ ਨੇ ਉੱਥੇ ਦੇ ਵੀ ਮਹਾਰਾਜ ਨੇ ਇਹ ਕਿਹਾ ਵੀ ਕਰਾਮਾਤ ਤਾਂ ਬਸ ਇਹੋ ਹੀ ਹੋਣੀ ਹੈ ਵੀ ਇਹਨਾਂ ਨੇ ਕਿਰਪਾਨ ਚਲਾਉਣੀ ਹੈ ਅਤੇ ਇਹਨਾਂ ਨੇ ਸਿਰ ਉਤਾਰਨ ਦੀ ਕੋਸ਼ਿਸ਼ ਕਰਨੀ ਆ ਪਰ ਸਿਰ ਇਹਨਾਂ ਦੇ ਕੋਲੋਂ ਉਤਰਨਾ ਨਹੀਂ ਹੈ, ਇਹਨਾਂ ਦੇ ਕੋਲੋਂ ਸਿਰ ਉਤਰੇਗਾ ਨਹੀਂ, ਇਹਨਾਂ ਨੇ ਸੀਸ ਧੜ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰਨੀ ਆ ਪਰ ਇਹਨਾਂ ਦੇ ਕੋਲੋਂ ਉਤਰੇਗਾ ਨਹੀਂ। ਹੁਣ ਜਿਹੜੀ ਸਾਖੀ ਅੱਗੇ ਚੱਲਦੀ ਹੈ ਵੀ ਜਿਹੜਾ ਜਲਾਦ ਜਲਾਲਦੀਨ ਹੈ ਉਹ ਕਿਰਪਾਨ ਦੇ ਨਾਲ ਵਾਰ ਵੀ ਕਰਦਾ ਹੈ ਅਤੇ ਮਹਾਰਾਜ ਜੀ ਦਾ ਸਿਰ ਵੀ ਧੜ ਦੇ ਨਾਲੋਂ ਅਲੱਗ ਹੋ ਜਾਂਦਾ, ਸਿਰ ਉਤਰ ਵੀ ਜਾਂਦਾ ਹੈ। ਹੁਣ ਅਸਲ ਦੇ ਵਿੱਚ ਉਸ ਚੀਜ਼ ਦੇ ਪਿੱਛੇ ਇੱਕ ਰਮਜ ਸੀ, ਇੱਕ ਘਟਨਾ ਸੀ ਜਿਹਨੂੰ ਅਸੀਂ ਇੱਦਾਂ ਪੜ੍ਹਦੇ ਹਾਂ ਨਾ ਸੀਸ ਦੀਆ ਪਰ ਸਿਰਰ ਨਾ ਦੀਆ। ਸਿਰਰ ਜਿਹੜਾ ਲਫ਼ਜ਼ ਹੈ ਨਾ ਵੈਸੇ ਇੱਕ ਅਰਬੀ ਦੇ ਵਿੱਚ ਉਹਨੂੰ ਕਿਹਾ ਜਾਂਦਾ ਵੀ ਗੁਪਤ ਭੇਦ। ਮਹਾਰਾਜ ਜੀ ਨੇ ਆਪਣਾ ਆਪਾ ਤਾਂ ਦੇ ਦਿੱਤਾ ਹੈ ਪਰ ਆਹ ਜਿਹੜੀ ਗੁਪਤ ਭੇਦ ਵਾਲੀ ਗੱਲ ਹੈ ਨਾ ਇਹ ਨਹੀਂ ਦੱਸੀ ਮਹਾਰਾਜ ਨੇ ਵੀ ਇਹ ਕਿੱਥੋਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ। ਭਾਈ ਗੁਰਦਾਸ ਸਾਹਿਬ ਇੱਕ ਗੱਲ ਬੋਲਦੇ ਨੇ, ਉਹ ਕਹਿੰਦੇ ਨੇ ਵੀ ਅਨਾਰ ਦਾ ਦਾਣਾ ਜਿਹੜਾ ਹੁੰਦਾ ਨਾ ਜ਼ਮੀਨ ਦੇ ਵਿੱਚ ਬੀਜਿਆ ਜਾਂਦਾ, ਜਦੋਂ ਉਹ ਵੱਡਾ ਹੋ ਜਾਂਦਾ ਅਤੇ ਹਰੇ ਰੰਗ ਦਾ ਪੌਦਾ ਹੁੰਦਾ ਫਿਰ ਉਹਨੂੰ ਲਾਲ ਰੰਗ ਦੇ ਫੁੱਲ ਲੱਗਦੇ ਨੇ, ਉਹਨਾਂ ਫੁੱਲਾਂ ਦੇ ਵਿੱਚੋਂ ਅੱਗੇ ਜਦੋਂ ਅਨਾਰ ਪੈਦਾ ਹੁੰਦੇ ਨੇ ਨਾ ਅਤੇ ਉਸ ਅਨਾਰ ਦੇ ਵਿੱਚੋਂ ਅਨਾਰ ਦੇ ਇੱਕ ਫਲ ਦੇ ਵਿੱਚੋਂ ਹਜ਼ਾਰਾਂ ਹੀ ਬੀਜ ਜਿਹੜੇ ਨੇ ਫਿਰ ਅੱਗੇ ਪਏ ਹੁੰਦੇ ਨੇ, ਤੁਸੀਂ ਸਾਰਿਆਂ ਨੇ ਵੇਖਿਆ, ਅਤੇ ਉਹਨਾਂ ਹਜ਼ਾਰਾਂ ਨੂੰ ਅੱਗੇ ਜਦੋਂ ਕਿਤੇ ਜ਼ਮੀਨ ਦੇ ਵਿੱਚ ਬੀਜ ਦੀਏ ਫਿਰ ਲੱਖਾਂ ਪੌਦੇ ਹੋ ਜਾਂਦੇ ਨੇ। ਜਿੱਦਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਦਾਣਾ ਹੋਏ ਅਨਾਰ ਦਾ ਹੋਏ ਧੂੜ ਧੂੜੀ ਵਿੱਚ ਤਸੈ, ਵੀ ਆਪਣੇ ਵੱਲੋਂ ਤਾਂ ਅਨਾਰ ਨੂੰ ਸੁੱਟ ਦਿੱਤਾ ਗਿਆ। ਦੋ ਤਰੀਕੇ ਦੇ ਬੀਜ ਹੁੰਦੇ ਨੇ, ਇੱਕ ਉਹ ਜਿਹੜੇ ਜ਼ਮੀਨ ਦੇ ਵਿੱਚ ਪੈ ਜਾਂਦੇ ਨੇ ਅਤੇ ਪੈ ਕੇ ਤਾਂ ਖਤਮ ਹੋ ਜਾਂਦੇ ਨੇ, ਮਰ ਜਾਂਦੇ ਨੇ। ਦਾਤਾਰ ਦੀ ਆਸਾ ਦੀ ਵਾਰ ਦੇ ਵਿੱਚ ਤੁਸੀਂ ਰੋਜ਼ ਪੜ੍ਹਦੇ ਜੇ, ਅਬ ਕਿਉਂ ਉਗਵੈ ਦਾਲ, ਦਾਲਾਂ ਨਹੀਂ ਕਦੀ ਉੱਗਦੀਆਂ, ਸਾਬਤ ਬੀਜ ਹੀ ਉੱਗਦੇ ਨੇ, ਅਬ ਕਿਉਂ ਉਗਵੈ ਦਾਲ। ਅਤੇ ਦੂਜੇ ਪਾਸੇ ਉਹ ਬੀਜ ਹੁੰਦੇ ਨੇ ਅਨਾਰ ਵਰਗੇ ਜਿਹੜੇ ਬੀਜੇ ਜਾਂਦੇ ਨੇ, ਸਮਾਂ ਆਉਂਦਾ ਹੈ ਅਤੇ ਫਲ ਦੇਣਾ ਸ਼ੁਰੂ ਕਰ ਦਿੰਦੇ ਅਤੇ ਫਿਰ ਆਪਣੇ ਫਲਾਂ ਤੋਂ ਅੱਗੇ ਹੋਰ ਕਈ ਫਲ ਪੈਦਾ ਕਰ ਦਿੰਦੇ ਨੇ। ਜਿਹੜੀ ਗੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਕਿਹਾ ਸੀ ਨਾ ਕਿ ਇਹਨਾਂ ਨੇ ਸਿਰ ਉਤਾਰਨ ਦੀ ਕੋਸ਼ਿਸ਼ ਕਰਨੀ ਆ ਪਰ ਇਹਨਾਂ ਦੇ ਕੋਲੋਂ ਉਤਰਨਾ ਨਹੀਂ, ਉਹਦਾ ਜਵਾਬ 1699 ਦੀ ਵਿਸਾਖੀ ਦੇ ਵਿੱਚ ਮਹਾਰਾਜ ਦਿੰਦੇ ਨੇ, ਜਿਹਨੂੰ ਸਤਿਗੁਰੂ ਕਹਿੰਦੇ ਨੇ 1,25,000 ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਇਹ ਉਹ ਹੈ, ਵੇਖਣ ਨੂੰ ਲੱਗਦਾ ਵੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਸੀਸ ਉਤਰ ਗਿਆ, ਪਰ ਇਹਨੂੰ ਇਤਿਹਾਸ ਦੇ ਵਿੱਚ ਵੇਖੋ ਤਾਂ ਸਹੀ। ਰਾਤੀ ਜਿਹੜੀ ਮੈਂ ਗੱਲ ਕੀਤੀ ਸੀ ਕਿਹਾ ਕਿ ਸਮਾਪਤੀ ਕਰਾਂਗਾ, 1675 ਦੀ ਇਹ ਘਟਨਾ ਹੈ, 25 ਸਾਲ ਇਹ ਲਾ ਲਓ, 10 ਸਾਲ ਅਗਲੇ ਲਾ ਲਓ। 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਜਾਂਦੇ ਨੇ, 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਜਿੱਤ ਲੈਂਦਾ, 35 ਸਾਲ ਦਾ ਸਮਾਂ ਬਣਦਾ। ਹੁਣ ਤੁਸੀਂ ਇਹ ਵੇਖਿਓ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਸ ਰੂਪ ਦੇ ਵਿੱਚ ਲਿਆ ਹੋਵੇਗਾ। ਇਹ ਨਹੀਂ ਵੀ ਸ਼ਹੀਦੀ ਹੈ ਅਤੇ ਸਿਰ ਸੁੱਟ ਕੇ ਬੈਠ ਗਏ, ਨਹੀਂ, ਮਹਾਰਾਜ ਜੀ ਦੇ ਨਾਲ ਪਹਿਲਾਂ ਗੱਲਾਂ ਹੋ ਚੁੱਕੀਆਂ ਨੇ ਵੀ ਆਉਣ ਵਾਲੇ ਸਮੇਂ ਨੂੰ ਕਿੱਦਾਂ ਨਜਿੱਠਣਾ। ਔਰੰਗਜ਼ੇਬ ਜਿਹੜਾ ਆਪਣੇ ਪੁੱਤਰਾਂ ਦੇ ਨਗਾਰੇ ਵਜਾਉਣ 'ਤੇ ਔਖਾ ਹੋ ਜਾਂਦਾ ਸੀ ਨਾ ਵੀ ਤੁਸੀਂ ਨਗਾਰਾ ਕਿਉਂ ਵਜਾਇਆ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਦੇ ਵਿੱਚ ਰਣਜੀਤ ਨਗਾਰਾ ਰੱਖਿਆ ਵੀ ਅਸੀਂ ਵਜਾਵਾਂਗੇ, ਤੂੰ ਕੌਣ ਨਾ ਸਾਨੂੰ ਰੋਕਣ ਵਾਲਾ। ਇਹ ਹੁੰਦੇ ਨੇ ਚੈਲੰਜ ਕਰਨੇ, ਹਕੂਮਤ ਨੂੰ ਚੈਲੰਜ ਕਰਨੇ। ਜਿਹੜਾ ਇਸ ਗੱਲ ਨੂੰ ਕਹਿੰਦਾ ਸੀ ਵੀ ਖਾਸ ਜਾਤੀਆਂ ਤੋਂ ਬਿਨਾਂ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਮਹਾਰਾਜ ਕਹਿੰਦੇ ਮੇਰਾ ਇਕੱਲਾ ਇਕੱਲਾ ਸਿੱਖ ਘੋੜੇ ਦੀ ਸਵਾਰੀ ਕਰੇਗਾ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਰਕਤ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਰਕਤ ਹੈ। ਔਰ ਇਸ ਕਰਕੇ ਸੀਸ ਗੰਜ, ਸੀਸ ਗੰਜ ਦਾ ਮਤਲਬ ਕੀ ਹੈ? ਗੰਜ ਦਾ ਮਤਲਬ ਹੁੰਦਾ ਹੈ ਜਿੱਤਣਾ, ਵੈਸੇ ਗੰਜ ਦਾ ਮਤਲਬ ਖਜ਼ਾਨਾ ਵੀ ਹੁੰਦਾ ਹੈ। ਗੰਜ, ਸੀਸ ਗੰਜ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਖਜ਼ਾਨਾ ਹੈ। ਜੇ ਇਹਨੂੰ ਜਿੱਤ ਵਾਲੇ ਪਾਸੇ ਤੋਂ ਵੇਖਦੇ ਹਾਂ ਤਾਂ ਸੀਸ ਗੰਜ ਸਾਹਿਬ ਉਹ ਅਸਥਾਨ ਹੈ
ਜਿੱਥੇ ਸੱਚੇ ਪਾਤਸ਼ਾਹ ਜੀ ਦਾ ਸੀਸ ਜਿੱਤ ਗਿਆ ਹੈ। ਵੇਖਣ ਵਾਲੇ ਨੂੰ ਲੱਗਦਾ ਵੀ ਸੀਸ ਲੈ ਲਿਆ ਹੈ, ਸੀਸ 'ਤੇ ਲਿਆ ਹੀ ਨਹੀਂ ਗਿਆ, ਉਹ 'ਤੇ ਸੀਸ ਜਿੱਤ ਗਿਆ ਹੈ। ਮੈਂ ਸਿਰਫ ਇੱਕ